ਜ਼ਿਲ੍ਹਾ ਸੋਭਾ ਸਿੰਘ ਸਟੇਸ਼ਨ। ਮੈਂ ਤੁਹਾਡਾ ਆਪਣਾ ਵੀਰ ਨਦੀਮ ਸਿੰਧੂ ਜੱਟ, ਮੈਂ ਨਦੀਮ ਸਿੰਧੂ ਜੱਟ ਬੋਲ ਰਿਹਾ, ਜ਼ਿਲ੍ਹਾ ਸੋਭਾ ਸਿੰਘ ਆਇਆ, ਪਿੰਡ ਆਪਣੇ ਪਿੰਡ ਆਇਆ ਵਾਂ। ਅਤੇ ਤੁਹਾਨੂੰ ਮੈਂ ਆਪਣਾ ਪਿੰਡ ਵਿਖਾਉਣਾ ਚਾਹ ਰਿਹਾ ਸਾਂ ਕਿ ਇਹ ਸਾਡੇ ਰੇਲਵੇ ਸਟੇਸ਼ਨ ਦੇ ਰੇਲਵੇ ਦੇ ਕੁਆਟਰ ਨੇ, ਬਹੁਤ ਪੁਰਾਣੇ ਨੇ। ਇਹ ਜਿਹੜੀ ਨੌਕਰੀ ਕਰਦੇ ਨੇ ਉਹਨਾਂ ਨੂੰ ਮਿਲੇ ਨੇ, ਅਤੇ ਇਹ ਪਿਆਲੀਆਂ ਨੇ ਰੇਲਵੇ ਦੀਆਂ ਹੀ ਨੇ। ਉਹ ਜਿਹੜੀ ਟੋਲ ਹੁੰਦਾ ਸੀ, ਖੂਹ ਹੁੰਦਾ ਸੀ, ਬੰਦ ਹੋ ਗਿਆ ਜੀ। ਅਤੇ ਹੁਣ ਉਹ ਖੂਹ ਤੁਹਾਨੂੰ ਪਿਛਲੀ ਵਾਰ ਮੈਂ ਦਰਸ਼ਨ ਕਰਾਏ ਸੀ, ਅਤੇ ਹੁਣ ਦਰਸ਼ਨ ਕਰਾਏ ਸੀ ਅਤੇ ਹੁਣ ਆਹ ਜਿਹੜਾ ਪਿੱਪਲ, ਇਹ ਬੜਾ ਪੁਰਾਣਾ ਪਿੱਪਲ ਹੈ ਜੀ, ਇਹ 100 ਸਾਲ ਪੁਰਾਣਾ ਪਿੱਪਲ ਹੋਣਾ ਜੀ, ਇਹ ਘੱਟੋ ਘੱਟ ਕਿਤੇ ਸਾਡੇ ਵੱਡੇ ਦੱਸਦੇ ਉਹ ਬੜਾ ਪੁਰਾਣਾ ਪਿੱਪਲ। ਅਤੇ ਹੁਣ ਉਹ ਜਿਹੜਾ ਹੁਣ ਖੂਹ ਬੰਦ ਕਰਤਾ ਅਤੇ ਉਹ ਟੂਬਲ ਲਾ ਦਿੱਤਾ, ਨਜ਼ਰ ਆਉਣ ਡਿਆ ਹੋਣਾ ਟੂਬਲ, ਇਹ ਟੂਬਲ ਲੱਗ ਗਿਆ ਜੀ, ਠੀਕ ਹੈ ਜੀ, ਟੂਬਲ ਲੱਗ ਗਿਆ। ਅਤੇ ਹੁਣ ਜਿਹੜਾ ਨਾ ਉਹ ਪੁਰਾਣੀਆਂ ਰੀਤਾਂ ਜਿਹੜੀਆਂ ਨਾ ਉਹ ਖਤਮ ਹੋਣ ਡਈਆਂ। ਅਤੇ ਇਹ ਸਾਡਾ ਮਤਲਬ ਕੁਰਾਨ ਦਾ ਦਰਸ ਜੀ, ਨਜ਼ਰ ਆਉਣ ਡਿਆ ਹੋਣਾ ਤੁਹਾਨੂੰ, ਇੱਥੇ ਵਾਮ ਬਾਹਰੋਂ ਆ ਕੇ ਪੜ੍ਹਾਈ ਕਰਦੀ ਹੈ। ਅਤੇ ਇਹ ਉਹ ਰੇਲ ਉਹ ਜੀ ਤੁਹਾਨੂੰ ਨਜ਼ਰ ਉਹ ਵੀ ਆਉਣ ਡਿਆ ਹੋਣਾ ਜੀ, ਉਹ ਆਪਣਾ ਸਕੂਲ ਹੈਗਾ ਜੀ ਬੱਚਿਆਂ ਦਾ ਸਕੂਲ, ਪਹਿਲੇ ਛੋਟਾ ਹੁੰਦਾ ਜੀ, ਹੁਣ ਵੱਡਾ ਬਣਾਤਾ ਜੀ, ਅਤੇ ਹੁਣ ਸੋਹਣਾ ਬਣ ਗਿਆ ਜੀ। ਇਹ ਤੁਹਾਨੂੰ ਕਿਸੇ ਦਿਨ ਮੈਂ ਲਾਗੇ ਜਾ ਕੇ ਅਤੇ ਫਿਰ ਮੈਂ ਸਾਂਝ ਕਰਾਵਾਂਗਾ, ਦਿਖਾਵਾਂਗਾ ਤੁਹਾਨੂੰ। ਅਤੇ ਫਿਲਹਾਲ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਪੁਰਾਣੀਆਂ ਯਾਦਾਂ ਆਸਾਂ ਤਾਂ ਜਿਹੜੀਆਂ ਨਾ ਉਹ ਖਤਮ ਕੀਤੀਆਂ ਜਾ ਰਹੀਆਂ ਨੇ, ਔਰ ਖੂਹ ਸੀ ਉਹ ਵੀ ਬੰਦ ਕਰ ਛੱਡਿਆ ਨੇ, ਹੁਣ ਅੱਗੋਂ ਟੂਬਲ ਚੱਲ ਪੈਣੇ। ਅਤੇ ਆਹ ਵੇਖ ਸਕਦੇ ਹੋ ਸਟੇਸ਼ਨ ਸਾਡਾ ਖੂਬਸੂਰਤ ਅਤੇ ਪਿੰਡ ਦਾ, ਇਹਦੇ 'ਚ ਕੋਈ ਕਮੀ ਨਹੀਂ ਕਿ ਪੁਰਾਣੀਆਂ ਯਾਦਾਂ ਤੁਹਾਨੂੰ ਤਾਜ਼ਾ ਕਰਾਉਣ ਵਾਸਤੇ ਤੁਹਾਡਾ ਪਿੰਡ ਵਿਖਾਉਣ ਡਿਆ ਵਾਂ। ਅਤੇ ਇਹ ਨਾਲ ਹੀ ਜਿਹੜਾ ਨਜ਼ਰ ਆਉਣ ਡਿਆ ਜੀ ਨਾ ਤੁਹਾਨੂੰ, ਇਹ ਹੋਸਪਿਟਲ ਹੈਗਾ ਜੀ ਕਿਲ੍ਹਾ ਸੋਭਾ ਸਿੰਘ ਦਾ ਜਿਹੜਾ ਨਾ ਹੋਸਪਿਟਲ ਹੈਗਾ ਏ। ਅਤੇ ਬਸ ਇਹ ਨਾਲ ਵੇਖੋ ਜੀ, ਇਹ ਪੁਰਾਣੀਆਂ ਗੱਲਾਂ ਯਾਦਾਂ ਤਾਜ਼ਾ ਹੋਣ ਵਾਸਤੇ ਇਹ ਤੁਹਾਨੂੰ ਵਹਾਣ ਡੇ ਹਾਂ ਕਿ ਪਿੰਡ ਦੀਆਂ ਭੈਲੀਆਂ ਹਰਿਆਲੀਆਂ ਇਹ ਹੁਣ ਤਾਂ ਮੁੰਜੀ ਵੱਢੀ ਜਾਣ ਡਈ। ਵੇਖੋ ਜੀ ਮੁੰਜੀ ਵੱਢੀ ਗਈ ਅਤੇ ਇੱਥੇ ਹੁਣ ਫਿਰ ਹਰਿਆਲੀ ਫਿਰ ਨਾ ਆਉਂਦਾ ਇੱਥੇ, ਉਹ ਵੇਖੋ ਜੀ ਚਰੀ ਲਾ ਲਈ ਜਾਂ ਫਿਰ ਕੋਈ ਕਪਾਹ ਬੀਜ ਲਈ, ਕੋਈ ਸਾਗ ਬੀਜ ਲਿਆ, ਇਹ ਉਹੋ ਜਿਹੀਆਂ ਪਿੰਡ ਦੀਆਂ ਯਾਦਾਂ ਤੁਹਾਨੂੰ ਵਹਾਵਾਂਗੇ ਅਗਲੀ ਵਾਰੀ ਫਿਰ ਕਿਤੇ ਫੇਰਾ ਪਿਆ ਅਤੇ ਲਾਵਾਂਗੇ ਚੱਕਰ, ਤੁਹਾਨੂੰ ਦੁੱਖ ਸਾਂਝੇ ਕਰਾਂਗੇ ਇਨਸ਼ਾਅੱਲਾ। ਅਤੇ ਫਿਰ ਵੀ ਮੈਂ ਕਿਹਾ ਚਲੋ ਆਏ ਹਾਂ ਮਾੜਾ ਮੋਟਾ ਜਿਹੜਾ ਨਾ ਪਿੰਡ ਦੀਆਂ ਯਾਦਾਂ ਤੁਹਾਨੂੰ ਵਹਾ ਦਈਏ, ਅਤੇ ਤਾਂ ਫਿਰ ਮੈਂ ਕਿਹਾ ਚਲੋ ਆਏ ਤਾਂ ਹੈਗੇ ਹਾਂ, ਚਲੋ ਦੁੱਖ ਸੁੱਖ ਸਾਂਝੇ ਕਰੀਏ। ਅਤੇ ਚਲੋ ਹੋਰ ਅੱਲਾ ਨਿਗਹਿਬਾਨ, ਅਤੇ ਫਿਰ ਕਰਾਂਗੇ।